ਹਸਾਉਂਦੇ ਤੇ ਜੀ, ਪਰ ਇੱਕ ਸਾਲ ਬਾਅਦ ਲੋਕ ਹਰ ਵਪਾਰੀ ਰੋਣ ਲੱਗ ਗਿਆ, ਤਾਂ ਕੀ ਕਾਰਨ ਹੈ ਜੀ? ਜਦੋਂ ਕੋਈ ਪਰਿਵਾਰ ਦਾ ਮੁਖੀ ਬੇਈਮਾਨ ਹੋ ਜਾਵੇ ਜਾਂ ਜ਼ਮੀਨਾਂ ਜਾਇਦਾਦਾਂ ਵੇਚਣ ਲੱਗ ਜਾਵੇ, ਲੁੱਟਣ ਲੱਗ ਜਾਵੇ, ਕੁੱਟਣ ਲੱਗ ਜਾਵੇ, ਉਹਨੂੰ ਫਿਰ ਪਰਿਵਾਰ ਦਾ ਜਾਂ ਤਾਂ ਕੋਈ ਭਾਈ ਜਾਂ ਕੋਈ ਪੁੱਤ ਜਾਂ ਕੋਈ ਭਤੀਜਾ ਆਪਾਂ ਨੂੰ ਪਰਿਵਾਰ ਦਾ ਮੁਖੀ ਬਣਾਉਣਾ ਪੈਂਦਾ। ਉਹ ਫਿਰ ਹੌਲੀ ਹੌਲੀ ਪਰਿਵਾਰ ਨੂੰ ਸੈੱਟ ਕਰਦਾ, ਮਤਲਬ ਪਰਿਵਾਰ ਫਿਰ ਉਹ ਨੀਹਾਂ 'ਤੇ ਆਉਂਦਾ। ਇਹ ਤਾਂ ਸਾਡਾ ਪੰਜਾਬ ਹੈ, ਪੰਜਾਬ ਨੂੰ ਚਲਾਉਣਾ। ਸਾਲ ਹੋ ਗਿਆ ਜਿਹੜੇ ਵੀ ਮੁੱਤੇ ਨੂੰ ਜੱਟ ਦਾ ਪੁੱਤ ਹੱਥ ਪਾਉਂਦੇ ਨੇ ਸਾਡੇ ਸਤਿਕਾਰਯੋਗ ਭਗਵੰਤ ਮਾਨ ਜੀ, ਉਹਦੇ ਚਿੱਬ ਕੱਢ ਦਿੰਦੇ ਨੇ ਪੂਰੇ। ਅਜਿਹੀ ਕੋਈ ਗੱਲ ਨਹੀਂ ਹੈਗੀ। ਤੁਸੀਂ ਇੱਕ ਗੱਲ ਸੋਚੋ, ਬਾਪ ਪੁੱਤ ਤੋਂ ਉੱਪਰ ਤਾਂ ਕੋਈ ਰਿਸ਼ਤਾ ਨਹੀਂ ਹੁੰਦਾ। ਸਾਡੇ ਗੋਲਡੀ ਜੀ ਨੇ, MLA ਸਾਹਿਬ ਨੇ, ਉਹਨਾਂ ਦੇ ਬਾਪ ਨੇ 10 ਲੱਖ ਦੀ ਰਿਸ਼ਵਤ ਲੈ ਲਈ, ਉਹਦੀ ਨਾਲ ਦੀ ਨਾਲ ਮੰਜੀ ਠੋਕਤੀ। ਜਾਂ ਜਿਹੜੇ ਪਹਿਲਾਂ MLA ਮੰਤਰੀ ਜਿਹਨੇ ਵੀ ਕੋਈ ਪੰਜਾਬ ਨੂੰ ਮਤਲਬ ਨੁਕਸਾਨ ਪਹੁੰਚਾਉਣਾ ਚਾਹਿਆ, ਉਹਦੇ ਨਾਲ ਦੀ ਨਾਲ ਪਰਚਾ, ਨਾਲ ਦੀ ਨਾਲ ਮਤਲਬ ਹਵਾਲਾਤ ਦੇ ਵਿੱਚ। ਦੇਖੋ ਅੱਗੇ ਨਾ ਪਿੱਟਦੇ ਰਹਿ ਜਾਂਦੇ ਸੀ ਮੰਤਰੀ ਵੀ, ਅਸੀਂ ਮੁੱਖ ਮੰਤਰੀ ਨੂੰ ਮਿਲਣਾ, ਆਮ ਪਬਲਿਕ ਨੇ ਤਾਂ ਤੁਸੀਂ ਗੱਲੇ ਛੱਡ ਦਿਓ। ਹੁਣ ਤੁਸੀਂ ਮਿਲਣ ਨੂੰ ਵੀ 24 ਘੰਟੇ ਮਿਲ ਰਹੇ ਨੇ CM ਸਾਹਿਬ, ਜਦ ਮਰਜ਼ੀ ਬੁਲਾ ਸਕਦੇ ਹੋ। ਬਾਕੀ ਤੁਸੀਂ ਸੋਸ਼ਲ ਮੀਡੀਆ, ਤੁਹਾਡਾ ਮੀਡੀਆ, ਤੁਹਾਡਾ ਬਹੁਤ ਧੰਨਵਾਦ ਹੈ। CM ਸਾਹਿਬ ਇਹ ਤੋਂ ਮੁੱਦੇ ਚੱਕਦੇ ਨੇ, ਔਰ ਉਹ ਮੁੱਦੇ 'ਤੇ ਹਰਕਤ ਆ ਕੇ ਨਾਲ ਦੀ ਨਾਲ ਮਤਲਬ ਉੱਤੇ ਇੰਪਲੀਮੈਂਟ ਕਰਕੇ ਉਹਨੂੰ ਅਮਲ 'ਚ ਲਿਆਉਂਦੇ ਨੇ ਗੱਲ ਨੂੰ। ਹੁਣ ਆਹ ਫਸਲ ਦਾ ਕੰਮ ਆ, ਦੇਖੋ ਧੜਾਧੜ ਵਿਕ ਰਹੀ ਹੈ ਧੜਾ। ਦੇਖੋ ਨਹੀਂ, ਕੁਦਰਤ ਦੇ ਰੰਗ ਵੀ ਹੁੰਦੇ ਨੇ। ਐਡੀ ਮਾਰ ਵੀ ਪੈ ਗਈ, ਮਤਲਬ ਫਿਰ ਵੀ ਵਾਹਿਗੁਰੂ ਨੇ ਸਾਡਾ ਝਾੜ ਵੀ ਠੀਕ ਹੈ, ਸਰਕਾਰ ਵੱਲੋਂ ਵੀ ਫੁੱਲ ਸਪੋਰਟ ਹੈ। ਇਹ ਜਿਹੜੇ ਵਿਰੋਧੀ ਨੇ, ਇਹਨਾਂ ਨੇ ਇਹ ਕਰਨੇ ਹੁੰਦੇ ਨੇ, ਕਿਉਂਕਿ ਜਲੰਧਰ ਦੀ ਚੋਣ ਦੇ ਵਿੱਚ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਬੁਰੀ ਤਰ੍ਹਾਂ ਬਖਲਾਈਆਂ ਪਈਆਂ ਨੇ। ਜਿੱਦਾਂ ਜਾਂਦਾ ਅਤੇ ਭਗਵੰਤ ਮਾਨ ਗੇੜਾ ਮਾਰਦਾ, ਧੰਨ ਧੰਨ ਕਰਾਇਆ ਹੁੰਦਾ। ਅਜਿਹੀ ਕੋਈ ਗੱਲ ਨਹੀਂ ਹੈਗੀ ਵੀ ਉਹ ਕਿਤੇ ਪਿੱਠ ਦਿਖਾਉਂਦਾ ਜਾਂ ਪੰਜਾਬ ਨੂੰ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਹੋ ਰਿਹਾ। ਸਰ ਜਿਵੇਂ ਨਾਭਾ ਤੋਂ ਭਾਰਸੋਂ ਤੋਂ ਮੰਡੀ ਗੋਬਿੰਦਗੜ ਤੱਕ ਸੜਕ ਹੈ ਜੀ, ਜਿਹੜੀ ਸੜਕ ਨੂੰ 1 ਸਾਲ ਉਦੋਂ ਹੋ ਗਿਆ ਜੀ। ਪਹਿਲਾਂ ਆਪਦੀ ਕਾਂਗਰਸ ਸਰਕਾਰ ਰਹੀ ਹੈ, 5 ਸਾਲ ਉਹਨੇ ਵੀ ਪੈਚੇ ਲਾਏ ਨੇ ਜੀ, ਪਰ ਆਪਦੀ ਸਰਕਾਰ ਤੋਂ ਹਜੇ ਤੱਕ ਪੈਚੇ ਨਹੀਂ ਲੱਗੇ ਜੀ, ਇਹਦਾ ਕੀ ਕਾਰਨ ਹੈ ਜੀ? ਦੇਖੋ ਜੀ, ਜਿਹੜੀਆਂ ਸੜਕਾਂ 'ਤੇ, ਇੱਕ ਸੜਕਾਂ ਦੇ ਨਾਂ 'ਤੇ ਗੁੰਡੇ ਟੈਕਸ ਲਾਏ ਹੋਏ ਸੀ ਇਹਨਾਂ ਨੇ, ਜਿਹੜੇ ਟੂਲ ਟੈਕਸ ਸੀ ਉਹ ਗੁੰਡਾ ਟੈਕਸ ਸੀ। ਉਹਦੇ ਮੰਨ ਲਓ ਜਿਵੇਂ ਸਾਲ 'ਚ 365 ਦਿਨ ਹੁੰਦੇ ਨੇ, ਉਹ 250 ਦਿਨ ਜਾਂ 200 ਦਿਨ 'ਤੇ ਹਲਕਾ ਵਿਧਾਇਕ ਪੈਸਾ ਲੈਂਦਾ ਸੀ, 150-200 ਦਿਨਾਂ 'ਤੇ ਉਹ ਟੂਲ ਵਾਲੇ ਪੈਸੇ ਲੈਂਦੇ ਸੀ, ਜਿਹਦੇ ਨਾਲ ਉਹ ਸੜਕਾਂ ਦੀ ਜਿਹੜੀ ਰਿਪੇਅਰ ਕਰਦੇ ਸੀ, ਨਾਲੇ ਆਪ ਮਲਾਈਆਂ ਖਾਂਦੇ ਸੀ, ਨਾਲੇ ਰੂਲਿੰਗ ਪਾਰਟੀ ਨੂੰ ਮਲਾਈ ਪਵਾਉਂਦੇ ਸੀ। ਮੈਨੂੰ ਕੋਈ ਇਹਦੇ ਵਿੱਚ ਸੰਕੋਚ ਨਹੀਂ ਹੈਗਾ, ਇਹ ਟੱਲ ਸੱਚਾਈ ਹੈ। ਉਹ ਹੁਣ ਉਹਨਾਂ ਨੇ ਵੀ ਕੁਛ ਸੈਂਟਰ ਸਰਕਾਰ ਦਾ ਵਿੱਚ ਕੁਛ ਉਹਨਾਂ ਨਾਲ ਜਿਹੜੇ ਹੋਏ ਵੇ ਨੇ ਸਮਝੌਤੇ, ਉਹਨਾਂ ਕਾਰਨ, ਕਿਉਂਕਿ ਟੂਲ ਬੰਦ ਹੋ ਰਹੇ ਨੇ, ਧੜਾਧੜ ਜਿਹੜੀ ਲੁੱਟ ਤੀ, ਉਹ ਸਿਸਟਮ ਹੈ ਜਿਹੜਾ ਹੌਲੀ ਹੌਲੀ ਸਾਡਾ ਸੈੱਟ ਹੋ ਜਾਣਾ। ਸੜਕਾਂ ਤਾਂ ਉਰੇ ਪੂਰੀਆਂ ਮਲਾਈ ਵਰਗੀਆਂ ਬਣ ਜਾਣੀਆਂ ਨੇ, ਇੱਥੇ ਕਿਹੜਾ ਕਿਸੇ ਨੂੰ ਹਿੱਸਾ ਪੱਤੀ ਦੇਣੀ ਹੈ? ਜਿਹੜੀ ਵੀ ਸੜਕ ਬਣਦੀ ਹੈ, ਸਾਡੇ ਸਤਿਕਾਰਯੋਗ MLA ਸਰਦਾਰ ਗੁਰਦੇਵ ਮਾਨ ਜੀ ਜਦੇ ਫੋਨ ਕਰਦੇ ਨੇ ਸਾਡੇ ਜਿਹੜੇ ਵਰਕਰ ਉਸੇ ਹਲਕੇ 'ਚ ਜਾ ਕੇ, ਭਾਈ ਦੇਖੋ ਤੁਸੀਂ ਉੱਥੇ ਸੜਕ ਬਣਦੀ ਹੈ ਵੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਜੇ ਪ੍ਰੋਬਲਮ ਆਉਂਦੀ ਹੈ, ਨਾਲ ਦੀ ਨਾਲ ਉੱਥੇ ਕਾਰਵਾਈ ਹੁੰਦੀ ਹੈ, ਨਾਲ ਦੀ ਨਾਲ ਰੋਕ ਕੇ ਉਹਨੂੰ ਦੁਬਾਰਾ ਬਣਾਉਂਦੇ ਨੇ। ਆਹ ਬੱਸ ਸਟੈਂਡ ਹੈ ਸਾਡੇ ਉਰੇ ਭਾਦਸੋਂ ਵਾਲਾ ਜੀ, ਇਹਦੇ ਬਥੇਰੇ ਤਵੇ ਲੱਗੇ ਪਹਿਲਾਂ ਵੀ, ਮੰਤਰੀ ਕਾਂਗਰਸੀ ਮੰਤਰੀਆਂ ਵੇਲੇ ਵੀ ਖਾ ਗਏ, ਲੁੱਟ ਗਏ। ਸਾਨੂੰ ਤਾਂ ਇਹ ਲੱਗਦਾ ਹੀ ਹੈ ਵੀ ਪਹਿਲਾਂ ਜਿਹੜੀਆਂ ਇੱਥੇ ਠੱਗੀਆਂ ਠੋਰੀਆਂ ਹੈਗੀਆਂ ਸੀ, ਪਰ ਹੁਣ MLA ਸਾਹਿਬ ਸਾਡੇ ਆਏ ਉਰੇ, ਉਹਨਾਂ ਨੇ ਚੈੱਕ ਕਰਾਇਆ, ਸਾਡੇ ਪ੍ਰਾਈਵੇਟ ਵੀ ਇੰਜੀਨੀਅਰ ਹੋਰ ਬੰਦਿਆਂ ਨੇ ਜਦੋਂ ਦੇਖਿਆ ਵੀ ਇਹ 'ਚ ਗੜਬੜ ਹੈ, ਹੁਣ ਉਹ ਦੁਬਾਰਾ ਬੱਸ ਸਟੈਂਡ ਦੀ ਪਟਾਈ ਹੈ ਜਿਹੜੀ ਉਹ ਸ਼ੁਰੂ ਹੋਣੀ ਹੈ, ਦੁਬਾਰਾ ਪੱਟ ਕੇ ਉਹਦਾ ਜਿਹੜਾ ਫਰਸ਼ ਲੱਗਣਾ, ਦੁਬਾਰਾ ਤਰਤੀਬ ਵਾਰ ਮਤਲਬ ਬਣਦਾ। ਐਂ ਨਹੀਂ ਹੈਗਾ ਕੋਈ 1 ਰੁਪਈਆ ਕੋਈ MC ਪ੍ਰਧਾਨ ਜਾਂ ਕੋਈ ਲੀਡਰ ਬੰਦਾ ਕਿਸੇ ਤਰ੍ਹਾਂ ਖਾ ਜੂਗਾ, ਸਾਰਾ ਕੰਮ ਐਨ ਪੂਰਾ ਧੰਨ ਧੰਨ ਕਰਕੇ ਆਉਣਾ। ਸਰ ਜਿਵੇਂ ਨਜਾਇਜ਼ ਕਬਜ਼ਿਆਂ ਦੀ ਗੱਲ ਕਰਦੀ ਜੀ, ਆਪਾਂ ਗੋਬਿੰਦਗੜ੍ਹ ਤੋਂ ਲੈ ਕੇ ਜੀ ਭਾਰਸੋਂ, ਮਲੋਹ ਅਤੇ ਨਾਭੇ ਤੱਕ ਸੜਕ ਦੇ ਉੱਤੇ ਲੋਹੇ ਦੇ ਕਬਾੜੀਏ ਨੇ ਸਰੇਆਮ ਸੜਕਾਂ 'ਤੇ ਬੈਠੇ ਨੇ ਜੀ, ਅਤੇ ਰੇਤਾ ਬਾਜਰੀ ਵਾਲੇ ਸੜਕਾਂ 'ਤੇ ਬੈਠੇ ਨੇ ਜੀ। ਸਰਕਾਰਾਂ ਦੇ ਕਿਉਂ ਨਹੀਂ ਕੰਨ ਖੁੱਲ੍ਹਦੇ? ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਨੇ ਜੀ, ਦੁਕਾਨਦਾਰ ਦੇ ਅੱਗੇ ਰੇਹੜੀ ਲਗਾ ਕੇ ਖੜ ਜਾਂਦਾ। ਤੁਹਾਡੇ ਭਾਰਸੋਂ ਦੇ ਵਿੱਚ ਵੀ ਇੱਕ ਕੱਲ੍ਹ ਵਾਕਾ ਹੋਇਆ ਵੀ 3 ਗੱਡੀਆਂ ਭੰਨੀਆਂ ਗਈਆਂ ਜੀ, ਅਗਰ ਬੰਦੇ ਵੀ ਮਰ ਸਕਦੇ ਤੇ ਜੀ। ਦੇਖੋ ਜਿਹੜਾ ਜੀ ਕੱਲ੍ਹ ਘਟਨਾ ਹੋਈ ਆ ਬਹੁਤ ਮਾੜੀ ਹੈ, ਪਰ ਤੁਸੀਂ CCTV ਜਿਹੜੇ ਉਹ ਖੰਗਾਲ ਲਏ ਜਾਣ, ਉੱਥੇ ਸਾਰਾ ਪਤਾ ਲੱਗ ਜਾਵੇ ਉਹ ਕਿਉਂ ਐਕਸੀਡੈਂਟ ਹੋਇਆ। ਹੁਣ ਜੇ ਮੈਂ ਕਹਿਣਾ, ਉਹਨੇ ਕਹਿਣਾ ਮੇਰੇ ਕਰਕੇ ਕਹਿਤਾ, ਪਰ ਉਹ CCTV ਕੈਮਰਿਆਂ ਦੇ ਸਾਰਾ ਆ ਜੂਗਾ ਵੀ ਕਿਸ ਕਾਰਨ ਜਿਹੜਾ ਉਹ ਐਕਸੀਡੈਂਟ ਹੋਇਆ। ਰਹੀ ਕਬਜ਼ਿਆਂ ਦੀ ਗੱਲ, ਇਹ ਕਬਜ਼ੇ ਨੇ ਜਿਹੜੇ ਜਿੰਨੀਆਂ ਕਬਾੜ ਦੀਆਂ ਵੱਧ ਤੋਂ ਵੱਧ ਦੁਕਾਨਾਂ ਨਾਭੇ ਤੋਂ ਗੋਬਿੰਦਗੜ੍ਹੋਂ ਲੈ ਕੇ ਖੁੱਲ੍ਹੀਆਂ ਨੇ, 7 ਦੁਕਾਨਾਂ ਪਿਛਲੀ ਕਾਂਗਰਸ ਦੇ ਸਰਕਾਰ ਸਾਡੇ ਭਾਦਸੋਂ 'ਚ ਵੀ ਖੁੱਲ੍ਹੀਆਂ। ਹੁਣ ਉਹ ਹੌਲੀ ਹੌਲੀ ਜੇ ਕੋਈ ਸ਼ਿਕਾਇਤ ਕਰਦਾ, ਜਦੇ ਨਾਲ ਦੀ ਨਾਲ ਉਹਦੀ ਕਾਰਵਾਈ ਹੁੰਦੀ ਹੈ, ਉਹਦਾ ਦੇਖਿਆ ਜਾਂਦਾ ਕਾਗਜ਼ ਪੱਤਰ,
जिथे भी कोई कहूगा भी आ नजायज कब्जा कोई शिकायत करो लिखती सानू दे नगर कौंसल दे साडे मान योग एम एल ए साहब न बचावे जिथे भी कोई नजायज कब्जा वो कार्रवाई हो यही नहीं है भी इतने कोई कुछ किसी पक्षपात होगा सर जिमें सरकार कहें भी असी शराब के ठेके की 20% हर साल कटावे जी पर यह सरकार का एक साल हो गया भी ठेकिया के घटने की बजाय थोड़ा जहा वाधा हो लग गया जी वो देखो जी गल पता की है जो मावीए का साधन है सरकार का टैक्स के रूप के आबकारी नीति है जी आबकारी नीति है जी बहुत बड़ा जोड़ा आर्थिक साधन है सरकार चलाने का वह तो उन्होंने लोगों ने बर्बादी करनी है मैं तो सीधी तेनों पंजाबी गल कहूँ जिन्हें 500 की पीढ़ी 600 की पीढ़ी कोई फर्क नहीं पैंदा है गलों के नाल जिन्हें किसी ने बचना वो ना पीवे बाकी सरकार जिहड़ियां पॉलिसियां बन रही ने आबकारी नीति तो बहुत सरल बन गई ना कोई मतलब धक्के ठेका ले सकूगा ना कोई ये चोर बजारी हो अगे तो कहते थी भी आह पटियाला डंप तेनू देता फलाना थोक तेनू देता जिहड़े सरकार अपने सियासी पार्टियां दे गाह हुंदे थी साडे वर्गे उन्हां नूं दित्ते जांदे थे वो बिना घरे बैठे ही मतलब लखां रुपया उन्हां नूं आउंदा थी हिस्सा वो जिहड़ी सारी चूण पूंड आ सारी बाहर जानी है सारा मालिया जिहड़ा सरकार दे खजाने च जाना बहुत छेती हले एक साल ही होया बहुत छेती जिहड़ी आबकारी नीति है बहुत वधिया बन जा रही है तुसीं देखदे जाओ सरकार नूं होण दो हले तां इक्को साल होया माड़ा जिहा पैर जमाउण दो सारे काम सैट हो जाने ने सर जिवें विरोधी कहते हैं 2024 के भी आम आदमी की 13 to 1 भी सीट नहीं आनी जी ये बारे को कहना चाहते तू इन्हों क्या 70-75 साल लाते थोड़ा जहालत की है कोई विरोधी धिर भी नहीं रही पंजाब इन्ह का हाल तो देखो की है विरोधी पार्टी जो बोलने मरते हैं विरोधी धिर के भी यह बैठने जोगे नहीं भी इन्हों का हाल की है इन्हों तो हूँ जोड़े बर्दाश्त नहीं होंगे तुसी आम खुंडा ते जाके गल करो थोनू जड़ी जद वो गल चलूगी वो जे कोई कहूगा ऐ वाह वो नहीं भगवंत मान यार बहुत वधिया काम हर एक बंदा मजबूरी नहीं कहूगा क्योंकि मान लो कि कोई धक्का आंदा कोई होर हुंदी है हर एक बंदा जिहड़ा पहुँच कर सकता भगवंत मान जी तक बाकी साडे तां MLA आए जने ऐन पूरी आपदी ध्यान रखते हैं विधानसभा हल्के ते रही गल जे कोई किसी की नहीं भी सुनवाई होंदी फेसबुक ते व्हाट्सएप ते पांदा जदे साडे CM साहब चक लैंदे ने हुण पिछले समय दौरान किड्डे किड्डे बड़े मतलब हादसे वापर जाते भगवंत मान जी ने सारे चाहे अमृतपाल मान अमृतपाल जी वाला अमृतपाल वाला मुद्दा चाहे जिहड़ा मर्जी है सारे मतलब सैक्ट भी कर ले मसले भी हल कर ले पंजाब का कोई नफा नुकसान भी नहीं होने दिता सर जिमें आपके अमृतपाल से गल याद आई भी आपके गुरु ग्रंथ साहब दी बेअदबियां करिया जिहड़े बंदिया ने जी उन्होंने सरकार प्रकाश सिंह बादल का नाम भी कई बार आया जी पर सरकार जिहड़े मुख्यमंत्री ने अज तक एक साल हो गया कोई मुख्यमंत्री के खिलाफ कार्रवाई नहीं हुई क्योंकि मुख्यमंत्री पंजाब की मां हुंदा जी देखो गल ये है जिहड़े हुणे मुद्दे पाउणे ने जे मतलब वह कहिंदे गिद्दड़ का शिकार करना तो शेर का वह कट्ठा करना पैंदा सानू संद समान हुण मान लो अज प्रकाश सिंह बादल नूं कच्चे पैरी हत्थ पा लैंदे ने कल नूं जमानत करा लैणगे ये तो पक्के पैरी काम करदा आ राज जी देखा किवें भज्जा फिरदा SSP जी जिहड़ा किवें इन्होंने मारे वो अपना प्रकाश सोनी बेचारा अंबरसर तो पिटता भी किमें धक्के परचा दिता वो इंद्रजीत थानेदार जरा सिटिया हुआ हवालात हूँ राजी जा किन्ने एक दिन भज लू देख किड्डे किड्डे हर महीने नवे नवे प्लाट खरीदता थी करोड़ा रुपया इन्होंने को आता थी वो कितों आता थी पहला इंस्पैक्टर चक लिया फिर राजी चक लिया हूँ जी थोनू भी पता लग्या होगा ये रिटा पाते फिरते हैं हाई कोर्ट के भी गाह ना खुले कि उन्होंने पता है भी इदों बाद जेड़े DGP की राज की है राज की है उन्होंने SSP जरा फड़े वो भी उदों बाद SSP तो बाद DGP की आनी भी कि DGP की जी सत्र साया थी मोगे वाले तो SSP तो भी जेड़े इन्नी गुंडागर्दी करते हैं जिन्हों देखते धक्के चक लेंदे कोई सुनवाई थी कोई लोक राज थी उन्हें जिन्हों देखा चक के हवाला सिर दो जिन्हों देखा देखो सरेआम इंद्रजीत इंस्पैक्टर कह रहा है भी 20 lakh रुपया दे नहीं तेनों मैं तेरे आह परचा पाऊँ वो तो बेचारे दे पाता वो 6 साल की वो बेटी गई वह बाप गया क्योंकि सरकार सुतियां पईयां थी इन्हों दीना थी भी इन्ना धक्का हो रहा अज कोई करके दिखावे जे ना जदे नाल दे नाल मंजी ठोके सो ये तुसीं ये राजजीत जिथे हो गया अंदर हुण उदो उपरले अफसर आउंगे फिर उधरले अफसर तो उपर भी सरकार की दी थी भी मुख्यमंत्री का हथ थी किसी MLA का हथ किसी मंत्री का वो प्रॉपर चैनल जाता चल रहा है वह तो दूर नहीं हैगी जिदे इन्हों सारे हवा ला दी
ਸਲਾਖਾਂ 'ਚ ਜਾਣਾ ਪਊ। ਹੁਣ ਉਹ ਕੰਮ ਨਹੀਂ ਆਉਣਾ ਜਿਵੇਂ ਅੱਗੇ ਉਹ ਪਟਿਆਲੇ ਜੇਲ੍ਹ 'ਚ ਸਿੱਟੇ 'ਤੇ ਲਿਆ ਕੇ ਹੈ ਨਾ ਵੀ ਬਾਹਰ ਲੰਗਰ ਲਾ ਕੇ ਬਹਿ ਗਏ ਸੀ, ਹੁਣ ਉਹ ਕੰਮ ਗਏ। ਇਹਨਾਂ ਦੀਆਂ ਜਿਹੜੀਆਂ ਪੋਲਸੀਆਂ ਤੁਸੀਂ ਲੋਕ ਇਹਨਾਂ ਤੋਂ ਜਾਣੀ ਹੋ ਚੁੱਕੇ ਨੇ। ਪੂਰੇ ਧਰਮ ਦਾ ਸੱਤਿਆਨਾਸ਼ ਕਰਤਾ ਇਹਨਾਂ ਲੋਕਾਂ ਨੇ, ਪੰਜਾਬ ਦਾ ਸੱਤਿਆਨਾਸ਼ ਕਰਤਾ, ਪੰਜਾਬ ਦੇ ਲੋਕ ਇਹਨਾਂ ਤੋਂ ਜਾਣੂ ਹੋ ਚੁੱਕੇ ਨੇ, ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਔਰ ਬਹੁਤ ਛੇਤੀ ਉਹ ਜਿਹੜੀਆਂ ਪਰਤਾਂ ਖੁੱਲ੍ਹ ਰਹੀਆਂ ਨੇ ਨਾ, ਇਹਨਾਂ ਨੇ ਹੁਣ ਹਾਈ ਕੋਰਟ 'ਚ ਕਈਆਂ ਨੇ ਰਿੱਟ ਪਾਈ ਵੀ ਅਗਲੀ ਨਾ ਖੁੱਲ੍ਹੇ। ਭਗਵੰਤ ਮਾਨ ਕਹਿੰਦਾ ਕੋਈ ਨਾ, ਤੁਹਾਡੇ ਕਹੇ 'ਤੇ ਨਾ ਬੰਨਣੀ ਆ ਨਾ ਖੋਲ੍ਹਣੀ ਆ, ਇਹ ਛੇਤੀ ਅੰਦਰ ਜਾਣਗੇ। ਕੋਈ ਮਤਲਬ ਇਹੀ ਗੱਲ ਨਹੀਂ ਹੈਗੀ ਵੀ ਕਿਸੇ ਨਾਲ ਕੋਈ ਲਿਹਾਜ਼ ਕੀਤੀ ਜਾਊਗੀ। ਸਰ ਜਿਵੇਂ ਆਮ ਆਦਮੀ ਦੇ ਅਸੀਂ ਦੇਖਿਆ ਜਿਹੜੇ ਵਰਕਰ ਨੂੰ ਉਹਦੇ ਤੋਂ ਲਾਇਆ ਜਾਂਦਾ, ਜਾਂ ਇਹ ਪਹਿਲਾਂ ਕਾਂਗਰਸ ਵਿੱਚ ਹੁੰਦੇ ਸੀ ਉਹ ਦੂਏ ਦਿਨ ਧਰਨਾ ਲਾ ਦਿੰਦੇ ਸੀ ਅਕਾਲੀ ਦਲ ਵਿੱਚ, ਆਮ ਆਦਮੀ ਦੇ ਵਰਕਰਾਂ ਵਿੱਚ ਇੰਨਾ ਸਬਰ ਸੰਤੋਸ਼ ਪਾਇਆ ਜਾਂਦਾ ਜੀ, ਜੇ ਕੋਈ MLA ਕਹਿੰਦਾ ਵੀ ਉਹਨੇ ਨਵਾਂ ਬੰਦਾ ਲਾਉਣਾ ਤਾਂ ਜਿਹੜਾ ਉਹਦੇ ਤੋਂ ਜਾਂਦਾ ਖੁਸ਼ੀ ਮਨਾਉਂਦਾ ਵੀ ਕੋਈ ਗੱਲ ਨਹੀਂ ਵੀ ਸਾਡੀ ਪਾਰਟੀ 'ਚ ਵਾਧਾ ਹੋਵੇ। ਇਹ ਸਰ ਤੁਹਾਡਾ ਉਹ ਜੀ ਗੱਲ ਇਹ ਹੈ, ਜਿਹੜੀਆਂ ਦੂਈਆਂ ਰਾਜਨੀਤਿਕ ਪਾਰਟੀਆਂ ਨੇ ਉਹ ਅਮੀਰ ਹੋਣ ਵਾਸਤੇ ਆਉਂਦੀਆਂ ਨੇ, ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹ ਪੰਜਾਬ ਨੂੰ ਚੱਕਣਾ ਚਾਹੁੰਦੀ ਹੈ ਵੀ ਅਸੀਂ ਕਿਵੇਂ ਪੰਜਾਬ ਨੂੰ ਚੱਕਾਂਗੇ। ਮੈਂ ਵੀ ਕੰਮ ਕਰਿਆ, ਮੈਂ ਵੀ ਅਹੁਦਿਆਂ 'ਤੇ ਰਿਹਾ, ਪਿੱਛੇ ਸਾਨੂੰ ਵੀ ਬਦਲਿਆ ਗਿਆ, ਇਹ ਕੋਈ ਗੱਲ ਨਹੀਂ ਹੈਗੀ। MLA ਸਾਹਿਬ ਨੇ ਸਿਸਟਮ ਨੂੰ ਚਲਾਉਣਾ, ਹਰ ਇੱਕ ਨੇ ਮਤਲਬ ਡਿਊਟੀ ਕਰਨੀ ਹੈ। ਸਾਡਾ ਮਿਸ਼ਨ ਸਾਡੇ ਢਿੱਡ ਭਰਨਾ ਨਹੀਂ, ਸਾਡੇ ਬੱਚਿਆਂ ਨੂੰ ਤਕੜੇ ਕਰਨਾ ਨਹੀਂ, ਸਾਡਾ ਪੰਜਾਬ ਨੂੰ ਤਕੜਾ ਕਰਨਾ। ਜੇ ਪੰਜਾਬ ਤਕੜਾ ਹੋ ਗਿਆ, ਆਮ ਆਦਮੀ ਪਾਰਟੀ ਦਾ ਹਰ ਇੱਕ ਇਕੱਲਾ ਵਰਕਰ ਮੁੱਖ ਮੰਤਰੀ ਹੈ ਜੀ। ਅਤੇ ਸਰ ਹੋਰ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਅਪੀਲ ਕਰਨੀ ਚਾਹੋ ਜੀ? ਨਹੀਂ, ਲੋਕਾਂ ਤੋਂ ਇਹ ਅਪੀਲ ਹੈ, ਨਸ਼ੇ ਦਾ ਜਿਹੜਾ ਦੈਂਤ ਪਿਆ ਵਾ, ਜਿਹੜਾ ਤੁਹਾਡਾ ਕੋਈ ਆਂਢ ਗੁਆਂਢ 'ਚ ਕੋਈ ਮੈਡੀਕਲ ਵਾਲਾ ਕੋਈ ਹੋਰ ਆਉਂਦਾ, ਉਹਨਾਂ ਦਾ ਪੁਲਿਸ ਦਾ ਸਾਥ ਦਾ, ਉਹਨਾਂ ਨੂੰ ਚੁਕਾਓ, ਪੰਜਾਬ ਨੂੰ ਤਾਂ ਹੀ ਪੰਜਾਬ ਇਹ ਬਚੂਗਾ। ਕਦੇ ਇਹਨਾਂ ਲੋਕਾਂ ਦੀ ਮਦਦ ਨਾ ਕਰੋ, ਇਹਨਾਂ ਦੀਆਂ ਜਵਾਨਤਾਂ ਨਾ ਕਰਾਓ। ਇੱਕ ਆਪਾਂ ਹੋਰ ਕਹਿੰਦੇ ਵੀ ਆ ਫਲਾਣੇ ਦਾ ਬੱਚਾ ਚੱਕ ਲੈ ਵੀ ਇਹਨੂੰ ਛਡਾ ਲਓ, ਉਹ ਮੈਂ ਤਾਂ ਇਹ ਗੱਲ ਕਹਿਣਾ ਵੀ ਉਹਦੇ ਆਪ ਸਾਲਸੇ ਮਹੀਨੇ ਉਹਦੇ ਮਾਂ ਬਾਪ ਉਹਦੇ ਅੰਦਰ ਲਵਾ ਦੇਣ, ਕੁਛ ਨਹੀਂ, ਨਾਲੇ ਤਾਂ ਉਹ ਨਸ਼ੇ ਤੋਂ ਬਚ ਜੂ, ਨਾਲੇ ਉਹ ਮਤਲਬ ਸੁਧਰ ਜੂਗਾ। ਇਹ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨਾ ਪੈਣਾ, ਜਿਵੇਂ ਅੱਤਵਾਦ ਦੇ ਵਿਰੁੱਧ ਪੰਜਾਬ ਇੱਕਜੁੱਟ ਹੋਇਆ ਅਤੇ ਉਕਣੇ ਨਸ਼ੇ ਦੇ ਵਿਰੁੱਧ ਇੱਕਜੁੱਟ ਹੋਣਾ ਪੈਣਾ। ਜਿੱਥੇ ਸਾਡੀ ਸਰਕਾਰ ਦਿਨ ਰਾਤ ਲੱਗੀ ਪਈ ਹੈ, ਉੱਥੇ ਸਾਨੂੰ ਸਾਰਿਆਂ ਨੂੰ ਦਿਨ ਰਾਤ ਇੱਕ ਕਰਕੇ ਮਤਲਬ ਇਹ ਨਸ਼ੇ ਦੇ ਵਿਰੁੱਧ ਖੜਨਾ ਪਊ, ਤਾਂ ਕਿਤੇ ਜਾ ਕੇ ਮਸਲਾ ਇਹ ਹੱਲ ਹੋਣਾ ਜਿਹੜਾ ਪੰਜਾਬ ਦਾ ਉਹਨਾਂ ਨੇ। ਸੋ ਇਹ ਦੀ ਕਪਾਲ ਸਿੰਘ ਖਨੌਰਾ ਜੀ, ਜੋ ਕਿ ਮਿੰਨੀ ਬੱਸ ਜੂਨੀਅਰ ਫਤਿਹਗੜ੍ਹ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਅਤੇ ਭਾਰਤ ਤੋਂ MC ਵੀ ਨੇ ਅਤੇ ਹੋਰ ਬਹੁਤ ਸਾਰੇ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਨੇ ਅਤੇ ਕਈ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਵੀ ਆਗੂ ਨੇ। ਧਰਮਪਾਲ ਜੱਸੋ ਮਾਜਰਾ, ਬਸ ਠੀਕ ਹੋ ਗਈ ਜੀ।